ਸਤਿ ਸ਼੍ਰੀ ਅਕਾਲ, ਮੈਂ ਨਾਮ ਰਸ਼ਮੀ ਹੈ। SMS ਸਰਟੀਫਿਕੇਸ਼ਨ ਤੇ ਮਿਸਟਰ ਜੀਤਾ ਸਿੰਘ ਗਿੱਲ, ਜਿਨ੍ਹਾਂ ਨੇ ਸਾਡੇ ਤੋਂ 8 ਦਿਨ ਪਹਿਲਾਂ ਮੇਰੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ ਹੈ। ਅੱਜ ਤੁਸੀਂ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਾਇਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡੀ ਉਮਰ ਕਿੰਨੀ ਹੈ? ਅਰਾਊਂਡ 65 ਸਾਲ ਦੀ। ਅੱਛਾ ਜੀ, ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ? ਮੈਂ ਨਿਊਯਾਰਕ ਅਮਰੀਕਾ ਤੋਂ ਰਹਿਣ ਵਾਲਾ ਹਾਂ। ਤੁਹਾਡਾ ਪ੍ਰੋਫੈਸ਼ਨ ਕੀ ਹੈਗਾ? ਮੈਂ ਟੈਕਸੀ ਡਰਾਈਵਰ ਹਾਂ। ਅੱਛਾ ਜੀ, ਤੁਸੀਂ 8 ਦਿਨ ਪਹਿਲਾਂ ਜੰਮੂ ਹਸਪੀਟਲ ਤੋਂ ਮੇਰੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਹੈ। ਤੁਹਾਨੂੰ ਕੀ ਕੀ ਪ੍ਰੋਬਲਮਸ ਆ ਰਹੀਆਂ ਸੀਗੀਆਂ, ਤੁਸੀਂ ਸਰਜਰੀ ਕਰਾਉਣ ਦਾ ਡਿਸੀਜਨ ਲਿਆ? ਮੈਨੂੰ ਇੱਕ ਤਾਂ ਵੇਟ ਜ਼ਿਆਦਾ ਸੀ ਜੀ। ਅੱਛਾ ਜੀ। ਲੱਤਾਂ ਬਹੁਤ ਦੁਖਦੀਆਂ ਸੀ ਜੀ। ਰੋਟੀ ਹਜ਼ਮ ਨਹੀਂ ਸੀ ਹੁੰਦੀ ਜੀ ਜੀ। ਕਾਲਜੇ ਦੇ ਦਰਦ ਹੁੰਦਾ ਰਹਿੰਦਾ ਸੀ। ਅੱਛਾ ਜੀ। ਬਾਕੀ ਗੈਸ ਬਣਦੀ ਸੀ, ਉਹਦੇ ਨਾਲ ਡਿਪਰੈਸ਼ਨ ਰਹਿੰਦਾ ਸੀ, ਦਿਮਾਗ 'ਚ ਗਰਮ ਹੁੰਦਾ ਸੀ। ਅੱਛਾ ਜੀ। ਹਾਂਜੀ। ਤੁਹਾਨੂੰ ਕੋਈ ਬੀਪੀ ਸ਼ੂਗਰ ਦੀ ਵੀ ਪ੍ਰੋਬਲਮ ਸੀ? ਸੀ ਜੀ, ਸ਼ੂਗਰ ਵੀ ਲੈਵਲ ਤੋਂ ਥੋੜ੍ਹੀ ਜਿਹੀ ਸੀ ਅਤੇ ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਵੀ ਥੋੜ੍ਹਾ ਨਾਰਮਲ ਤੋਂ ਉੱਤੇ ਸੀ। ਅੱਛਾ ਜੀ। ਤਾਂ ਤੁਹਾਡਾ 8 ਤੁਹਾਡਾ ਵਜ਼ਨ ਕਿੰਨਾ ਸੀਗਾ ਉਦੋਂ? ਮੇਰਾ ਵਜ਼ਨ 214-15 ਪਾਉਂਡ ਸੀਗਾ ਜੀ। ਅੱਛਾ ਜੀ। ਅਤੇ ਅੱਜ 8 ਦਿਨਾਂ ਬਾਅਦ ਤੁਹਾਡਾ ਕਿੰਨਾ ਵਜ਼ਨ ਹੈਗਾ? ਜਿਸ ਦਿਨ ਮੈਂ ਆਇਆ ਸੀ ਜੀ ਉੱਥੇ 96 ਕੇਜੀ ਸੀ। ਅੱਛਾ ਜੀ। ਅੱਜ ਅਰਾਊਂਡ 94 ਹੈ। ਅੱਛਾ ਜੀ। ਤਾਂ ਤੁਹਾਨੂੰ ਕੋਈ ਐਕਟੀਵਿਟੀਸ ਲੱਗ ਰਹੀ ਹੈ 8 ਦਿਨਾਂ ਦੇ ਵਿੱਚ? 8 ਦਿਨਾਂ ਤੋਂ ਮੈਨੂੰ ਕੋਈ ਪੇਟ ਦੀ ਤਕਲੀਫ ਨਹੀਂ ਆਈ। ਅੱਛਾ ਜੀ। ਮੈਨੂੰ ਕਬਜ਼ ਵੀ ਰਹਿੰਦੀ ਸੀ ਉਹਦੇ ਨਾਲ। ਹਾਂਜੀ। ਉਹ ਵੀ ਨਹੀਂ ਰਹੀ, ਮੈਨੂੰ ਠੀਕ ਰਿਹਾ। ਅੱਛਾ ਜੀ। ਕੋਈ ਪੇਟ ਨੂੰ ਹਰੇਵਾ ਨਹੀਂ ਹੋਇਆ। ਅੱਛਾ ਜੀ। ਅਤੇ ਬਾਕੀ ਜਿਸ ਤਰ੍ਹਾਂ ਸਟਾਫ ਨੇ ਮੈਨੂੰ ਸਮਝਾ ਕੇ ਤੋਰਿਆ ਸੀ, ਉਸੇ ਤਰ੍ਹਾਂ ਹੀ ਮੈਂ ਦਵਾਈ ਪਰਹੇਜ ਕੀਤਾ। ਅੱਛਾ ਜੀ। ਤੁਸੀਂ ਹੁਣ ਸ਼ੂਗਰ ਲੈਵਲ ਤੁਹਾਡੇ ਨੋਰਮਲ ਆਇਆ ਪਹਿਲਾਂ ਤੋਂ ਕੁਛ? ਹਾਂਜੀ, ਅੱਜ ਮੈਨੂੰ ਦੱਸਿਆ ਗਿਆ ਵੀ ਨਾਰਮਲ ਹੈ ਸ਼ੂਗਰ। ਅੱਛਾ ਜੀ। ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਜੰਮੂ ਹਸਪੀਟਲ ਦੇ ਨਾਲ ਵਿੱਚ ਦੇ ਸਟਾਫ ਨਾਲ, ਡਾਕਟਰ ਸਾਹਿਬ ਨਾਲ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਜੀ, ਬਹੁਤ ਹੀ ਚੰਗੇ ਆ ਡਾਕਟਰ ਸਾਹਿਬ ਔਰ ਸਾਰਾ ਸਟਾਫ, ਜਿਹੜੀਆਂ ਨਰਸਾਂ, ਮੇਰੀਆਂ ਧੀਆਂ ਭੈਣਾਂ ਵਰਗੀਆਂ ਬਹੁਤ ਜੀ ਜੀ ਕਰਕੇ ਮੈਨੂੰ ਸਤਿਕਾਰ ਦਿੱਤਾ। ਅੱਛਾ ਜੀ। ਤੁਸੀਂ ਖੁਸ਼ ਹੋ ਤੁਹਾਡੀ ਸਰਵਿਸਿਸ ਤੋਂ? ਬਹੁਤ ਜ਼ਿਆਦਾ ਜੀ, ਮੇਰੇ ਕੋਲ ਕੋਈ ਲਾਭ ਜੀ ਨਹੀਂ, ਇਸ ਹਸਪੀਟਲ ਦੀ ਪ੍ਰਸ਼ੰਸਾ ਬਾਰੇ। ਬੜੇ ਸਾਰੇ ਲੋਕੀ ਆਪਰੇਸ਼ਨ ਤੋਂ ਡਰਦੇ ਹੈਗੇ, ਉਹਨਾਂ ਨੂੰ ਲੱਗਦਾ ਪਤਾ ਨਹੀਂ ਆਪਰੇਸ਼ਨ ਕਰਾ ਕੇ ਕੀ ਹੋ ਜਾਏਗਾ। ਤੁਸੀਂ ਆਪਰੇਸ਼ਨ ਕਰਾਇਆ, ਤੁਸੀਂ ਛੋਟਾ ਜਿਹਾ ਮੈਸੇਜ ਦਿਓਗੇ ਕਿ ਆਪਰੇਸ਼ਨ ਕਰਾਉਣ ਦਾ ਫਾਇਦਾ ਹੈਗਾ ਕਿ ਨਹੀਂ? ਬਹੁਤ ਜ਼ਿਆਦਾ ਜੀ, ਇਹ ਡਰ ਹੁੰਦਾ, ਮੈਨੂੰ ਵੀ ਡਰ ਸੀ, ਪਰ ਰੋਜ਼ ਰੋਜ਼ ਦੀ ਤੰਗੀ ਨਾਲ ਇੱਕ ਦਿਨ ਤੰਗੀ ਕੱਟ ਲੈਣੀ ਚਾਹੀਦੀ ਹੈ। ਮੇਰਾ ਇਹ ਮੈਸੇਜ ਹੈ ਵੀ ਡਰੋ ਨਾ, ਮੈਂ ਸੀਡੀ ਬਣਵਾਈ ਹੈ, ਮੈਂ ਉਹਦੇ ਫਰੈਂਡਾਂ ਨੂੰ ਵੀ ਜਿਹੜੇ ਡਰਦੇ ਹੈ ਪੈਸੇ ਵਾਸਤੇ ਬਣਵਾਈ ਹੈ, ਵੀ ਮੈਂ ਉਹਨਾਂ ਨੂੰ ਦਿਖਾ ਸਕਾਂ ਵੀ ਆਪ ਮੇਰੇ ਨਾਲ ਆਪਰੇਸ਼ਨ ਦੇਖ ਲਓ, 50 ਮਿੰਟ ਦਾ ਆਪਰੇਸ਼ਨ। ਬੜੇ ਸਾਰੇ ਲੋਕ ਆਪਰੇਸ਼ਨ ਤੋਂ ਪਹਿਲਾਂ ਚਾਹੁੰਦੇ, ਜਿਹਨਾਂ ਲੋਕਾਂ ਨੂੰ ਆਪਰੇਸ਼ਨ ਕਰਾਇਆ ਸੀ ਉਹਨਾਂ ਨਾਲ ਗੱਲ ਕਰਕੇ ਆਈ ਹੈ। ਅਗਰ ਕੋਈ ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰਨਾ ਚਾਹੇ ਤਾਂ ਕਰ ਸਕਦਾ? ਜ਼ਰੂਰ ਕਰ ਲਾਂਗੇ। ਤੁਸੀਂ ਆਪਣਾ ਇੱਕ ਵਾਰੀ ਫੋਨ ਨੰਬਰ ਦੱਸ ਦੋਗੇ ਨਿਊਯਾਰਕ ਵਾਲਾ, ਤਾਂ ਕਿ ਲੋਕੀ ਤੁਹਾਨੂੰ ਡਾਇਰੈਕਟਲੀ ਕਾਲ ਕਰ ਲੈਣ? 9173254782। ਠੀਕ ਹੈ ਜੀ, ਥੈਂਕ ਯੂ ਸੋ ਮਚ ਐਂਡ ਆਲ ਦੀ ਬੈਸਟ। ਓਕੇ ਜੀ, ਮੈਂ ਹਸਪਤਾਲ ਦਾ ਸਾਰੇ ਸਟਾਫ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਜੀ।